ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਜਸਮੀਤ ਭਾਟੀਆ ਲੈਂਡਮਾਰਕ ਇਮੀਗ੍ਰੇਸ਼ਨ ਤੋਂ, ਔਰ ਅੱਜ ਦੇ ਇਸ ਵੀਡੀਓ 'ਚ ਵੀ ਕੈਨੇਡਾ ਨੂੰ ਲੈ ਕੇ ਕੁਝ ਖਾਸ ਡਿਸਕਸ਼ਨ ਕਰਾਂਗੇ। ਟਰੈਵਲ ਨੂੰ ਲੈ ਕੇ, ਬਾਇਓਮੈਟ੍ਰਿਕਸ ਨੂੰ ਲੈ ਕੇ, ਪਾਸਪੋਰਟ ਰਿਕੁਐਸਟ ਨੂੰ ਲੈ ਕੇ, ਟੂ ਵੇ ਦੀ ਜਿਹੜੀ ਈਮੇਲ ਜ਼ਰੂਰੀ ਹੈ ਕਿ ਨਹੀਂ ਹੈ ਉਸ ਚੀਜ਼ ਨੂੰ ਲੈ ਕੇ, ਔਰ ਹੋਰ ਕਾਫੀ ਚੀਜ਼ਾਂ ਨੂੰ ਲੈ ਕੇ ਅੱਜ ਦੇ ਵੀਡੀਓ 'ਚ ਇੱਕ ਡਿਸਕਸ਼ਨ ਕਰਾਂਗੇ। ਸੋ ਸਟੂਡੈਂਟਸ, ਅੱਜ ਦੀ ਡੇਟ 'ਚ ਬਾਇਓਮੈਟ੍ਰਿਕਸ ਹੋ ਰਹੇ ਨੇ, ਲੈਂਡਮਾਰਕ ਇਮੀਗ੍ਰੇਸ਼ਨ ਦੇ ਬਾਇਓਮੈਟ੍ਰਿਕ ਡੇਟਸ ਔਨ ਡੇਲੀ ਬੇਸਿਸ ਬਹੁਤ ਵੱਡੇ ਨੰਬਰਸ 'ਚ ਰਿਸੀਵ ਹੋ ਰਹੀਆਂ ਨੇ, ਪਰ ਜਿਹੜੀਆਂ ਡੇਟਸ ਹੈ ਉਹ ਫੈਬਰਰੀ ਤੱਕ ਦੀਆਂ ਮਿਲ ਰਹੀਆਂ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮੈਕਸੀਮਮ ਸਟੂਡੈਂਟ ਜੇ ਜਨਵਰੀ ਵਿੱਚ ਵੀ ਬਾਇਓਮੈਟ੍ਰਿਕਸ ਦੇ ਸਕਣ, ਦੈਨ ਆਲਸੋ ਇਟ ਇਜ਼ ਅ ਗੁੱਡ ਸਾਈਨ। ਸੋ ਸਟੂਡੈਂਟਸ ਜਿਹੜੇ ਸਾਡੇ ਨਾਲ ਐਸੋਸੀਏਟਡ ਹੈਗੇ ਆ, ਉਹਨਾਂ ਸਾਰਿਆਂ ਨੂੰ ਮੈਨੂੰ ਲੱਗਦਾ ਬਾਇਓਮੈਟ੍ਰਿਕ ਦੀ ਡੇਟਸ ਮਿਲ ਰਹੀਆਂ। ਸੋ ਜੇ ਤੁਹਾਡੀ ਕੋਈ ਪ੍ਰੋਬਲਮ ਹੈਗੀ ਹੈ, ਤੁਹਾਨੂੰ ਬਾਇਓਮੈਟ੍ਰਿਕਸ ਦੀ ਡੇਟ ਨਹੀਂ ਮਿਲ ਪਾ ਰਹੀ ਹੈ, ਤਾਂ ਕਾਈਂਡਲੀ ਸੈਂਡ ਮੀ ਐਨ ਈਮੇਲ ਐਟ ਇਨਫੋ ਐਟ ਲੈਂਡਮਾਰਕ ਇਮੀਗ੍ਰੇਸ਼ਨ ਡੋਟ ਕੋਮ। ਸੀ, ਕੋਈ ਪੈਟਰਨ ਨਹੀਂ ਹੈਗਾ ਕਿ ਕਿਸੇ ਨੇ ਪਹਿਲਾਂ ਰਿਕੁਐਸਟ ਭੇਜੀ ਸੀ ਔਰ ਉਹਨੂੰ ਬਾਇਓਮੈਟ੍ਰਿਕ ਮਿਲ ਗਈ, ਔਰ ਕਿਸੇ ਨੇ ਕੱਲ੍ਹ ਪਰਸੋਂ ਰਿਕੁਐਸਟ ਪਾਈ ਔਰ ਉਹਨੂੰ ਬਾਇਓਮੈਟ੍ਰਿਕ ਪਹਿਲਾਂ ਮਿਲ ਗਈ। ਸੋ ਇਟ ਇਜ਼ ਰੈਂਡਮ, ਆਈ ਡੋਂਟ ਨੋ ਕਿ ਕਿੱਦਾਂ VFS ਸੈਂਟਰਸ ਬਾਇਓਮੈਟ੍ਰਿਕਸ ਦੇ ਰਹੇ ਨੇ, ਬਟ ਇਟ ਇਜ਼ ਅ ਪ੍ਰੋਸੈਸ। ਡੂ ਨੋਟ ਵਰੀ, ਕੀਪ ਪੇਸ਼ੈਂਸ, ਸਾਰਿਆਂ ਨੂੰ ਹੀ ਬਾਇਓਮੈਟ੍ਰਿਕਸ ਜਲਦ ਹੀ ਮਿਲ ਜਾਣਗੀਆਂ। ਸੈਕਿੰਡ ਪੁਆਇੰਟ ਹੈ ਪਾਸਪੋਰਟ ਰਿਕੁਐਸਟ ਨੂੰ ਲੈ ਕੇ। ਸੋ ਪਾਸਪੋਰਟ ਸਬਮਿਸ਼ਨ ਰਿਕੁਐਸਟ ਔਨ ਡੇਲੀ ਬੇਸਿਸ 8 to 10 ਲੈਂਡਮਾਰਕ ਇਮੀਗ੍ਰੇਸ਼ਨ ਦੀਆਂ ਆ ਰਹੀਆਂ। ਜ਼ਿਆਦਾਤਰ ਦੇਖਣ ਨੂੰ ਇਹ ਮਿਲ ਰਿਹਾ ਕਿ ਜਿਨ੍ਹਾਂ ਦੇ AIP ਆਏ ਹੋਏ ਸੀ ਉਹਨਾਂ ਸਟੂਡੈਂਟਸ ਨੂੰ ਜ਼ਿਆਦਾ ਪਾਸਪੋਰਟ ਰਿਕੁਐਸਟ ਆ ਰਹੀਆਂ। ਸੋ ਜਨਵਰੀ ਇਨਟੇਕ ਵਾਲੇ 1-2 ਸਟੂਡੈਂਟ ਹੋਣਗੇ ਜਿਨ੍ਹਾਂ ਨੂੰ ਪਾਸਪੋਰਟ ਰਿਕੁਐਸਟ ਆ ਰਹੀਆਂ, ਬਟ ਜ਼ਿਆਦਾਤਰ AIP ਵਾਲੇ ਸਟੂਡੈਂਟਸ ਜਾਂ ਕੰਪਲੀਟ ਫਾਈਲਸ ਵਾਲੇ ਸਟੂਡੈਂਟਸ ਨੂੰ ਪਾਸਪੋਰਟ ਸਬਮਿਸ਼ਨ ਰਿਕੁਐਸਟ ਆ ਰਹੀਆਂ। ਟੂ ਵੇ ਕੋਰੀਅਰ ਜਿਹੜੀ ਈਮੇਲ ਹੈਗੀ ਹੈ ਉਹ ਹੁਣ ਸਟੂਡੈਂਟਸ ਨੂੰ ਨਹੀਂ ਆ ਰਹੀ ਹੈ, ਟੂ ਵੇ ਇੰਸਟਰਕਸ਼ਨ ਲੈਟਰ। ਤੁਸੀਂ ਪਾਸਪੋਰਟ ਸਬਮਿਟ ਕਰ ਸਕਦੇ ਹੋ, ਪਾਸਪੋਰਟ ਸਬਮਿਸ਼ਨ ਐਟ VFS ਹੈਲਪਲਾਈਨ 'ਤੇ ਈਮੇਲ ਕਰਨੀ ਪੈਂਦੀ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੇ ਵੀ ਮੈਕਸੀਮਮ ਸਟੂਡੈਂਟਸ ਹੈਗੇ ਆ ਜਿਨ੍ਹਾਂ ਨੂੰ ਪਾਸਪੋਰਟ ਸਬਮਿਸ਼ਨ ਆ ਰਹੀ ਹੈ ਉਹਨਾਂ ਦੇ ਲਿੰਕਸ, ਪੇਮੈਂਟ ਲਿੰਕ ਜਨਰੇਟ ਹੋ ਸਕਣ, ਬਟ ਉਹਦੇ ਵਿੱਚ ਥੋੜ੍ਹਾ ਜਿਹਾ ਟਾਈਮ ਲੱਗ ਰਿਹਾ। ਸੋ ਜਿਨ੍ਹਾਂ ਦੀ ਪਾਸਪੋਰਟ ਸਬਮਿਸ਼ਨ ਰਿਕੁਐਸਟ ਆ ਗਈ ਹੈ, ਮੈਂ ਉਹਨਾਂ ਸਾਰੇ ਸਟੂਡੈਂਟਸ ਨੂੰ ਹੀ ਕੰਗਰੈਚੁਲੇਟ ਕਰਨਾ ਚਾਹਾਂਗਾ, ਉਹ ਬੇਫਿਕਰ ਹੋ ਕੇ ਔਨਲਾਈਨ ਕਲਾਸਿਸ ਸਟਾਰਟ ਕਰ ਸਕਦੇ ਹਾਂ। ਸੋ ਪਾਸਪੋਰਟ ਸਬਮਿਸ਼ਨ ਰਿਕੁਐਸਟ ਦਾ ਮਤਲਬ ਹੈਗਾ ਕਿ ਤੁਹਾਨੂੰ ਫਾਈਨਲ ਅਪਰੂਵਲ ਆ ਚੁੱਕੀ ਹੈ, ਕਿਉਂਕਿ ਹੁਣ ਤੁਹਾਡਾ ਸਿਰਫ ਸਟੈਂਪਿੰਗ ਬਾਕੀ ਹੈ। ਸਟੈਂਪਿੰਗ ਨੂੰ ਚਾਹੇ 20-25 ਦਿਨ ਦਾ ਟਾਈਮ ਲੱਗ ਰਿਹਾ, ਪਰ ਤੁਸੀਂ ਬੇਫਿਕਰ ਹੋ ਕੇ ਆਪਣੀਆਂ ਜਨਵਰੀ ਦੀਆਂ ਕਲਾਸਿਸ ਸਟਾਰਟ ਕਰ ਸਕਦੇ ਹੋ, ਐਂਡ ਜਿੱਦਣ ਤੁਹਾਡਾ ਪਾਸਪੋਰਟ ਸਟੈਂਪ ਹੁੰਦਾ ਉਦਣ ਤੁਸੀਂ ਟਰੈਵਲ ਕਰ ਸਕਦੇ ਹੋ। ਚੌਥਾ ਪੁਆਇੰਟ, ਟਰੈਵਲ ਨੂੰ ਲੈ ਕੇ। ਸੋ ਸਟੂਡੈਂਟ, ਟਰੈਵਲ ਇਜ਼ ਪੋਸੀਬਲ, ਤੁਹਾਨੂੰ ਕਾਲਜਿਸ ਵਾਲੇ ਕੁਆਰੰਟੀਨ ਪਲਾਨ ਦੇ ਰਹੇ ਨੇ, ਸੋ ਇਟ ਇਜ਼ ਮੈਂਡੇਟਰੀ ਟੂ ਟੇਕ ਅ ਕੁਆਰੰਟੀਨ ਪਲਾਨ। ਜੇ ਤੁਸੀਂ ਕੁਆਰੰਟੀਨ ਆਪਣੇ ਆਪ ਕਰਨਾ ਚਾਹੁੰਦੇ ਹੋ ਤਾਂ ਇਟ ਵਿਲ ਬੀ ਅ ਰਿਸਕ। ਸੋ ਇਫ ਦ CBSE ਆਫਿਸਰ ਇਜ਼ ਨੋਟ ਸੈਟਿਸਫਾਈਡ ਵਿਦ ਯੋਰ ਕੁਆਰੰਟਾਈਨ ਪਲਾਨ, ਦੈਨ ਹੀ ਕੈਨ ਸੈਂਡ ਯੂ ਬੈਕ ਫਰੋਮ ਕੈਨੇਡਾ। ਸੋ ਜੇ ਤੁਸੀਂ ਇਹ ਰਿਸਕ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਕੁਆਰੰਟੀਨ ਪਲਾਨ ਲੈ ਕੇ ਜਾ ਸਕਦੇ ਹੋ, ਬਟ ਜੇ ਤੁਸੀਂ ਆਪੇ ਵੀ ਕੁਆਰੰਟੀਨ ਪਲਾਨ ਲੈਂਦੇ ਹੋ, ਯਾਨੀ ਕਿ ਇੱਕ ਹੋਟਲ 'ਚ, ਮੋਟਲ 'ਚ ਕਮਰਾ ਲੈਂਦੇ ਹੋ 14 ਦਿਨ ਲਈ, ਫੂਡ ਅਕੋਮੋਡੇਸ਼ਨ ਸਾਰਾ ਅਰੇਂਜ ਕਰਦੇ ਹੋ, ਮੈਨੂੰ ਲੱਗਦਾ ਤੁਹਾਨੂੰ ਮਹਿੰਗਾ ਪਏਗਾ। ਜਿਹੜੇ ਕਾਲਜਿਸ ਨੇ ਕੁਆਰੰਟੀਨ ਪਲਾਨ ਡਿਜ਼ਾਈਨ ਕੀਤੇ ਆ, ਦੇ ਆਰ ਐਟ ਸਬਸਿਡਾਈਜ਼ ਰੇਟ, ਐਂਡ ਕਾਲਜਿਸ ਆਰ ਗਿਵਿੰਗ ਵੇਵਰਸ ਫੋਰ ਦ ਕੁਆਰੰਟੀਨ ਪਲਾਨ। ਸੋ ਸਟੂਡੈਂਟਸ, ਜੇ ਕੁਆਰੰਟੀਨ ਪਲਾਨ ਅਸੀਂ ਕਾਲਜ ਦਾ ਲੈਂਦੇ ਹਾਂ, ਸਾਨੂੰ ਕੋਈ ਪੈਸੇ ਦੇਣ ਦੀ ਲੋੜ ਨਹੀਂ ਹੈਗੀ ਐਡਵਾਂਸ, ਉਹ ਪੈਸੇ ਤੁਹਾਡੇ ਸਟੂਡੈਂਟ ਅਕਾਊਂਟ 'ਚ ਕ੍ਰੀਏਟ ਹੋ ਜਾਣਗੇ, ਤੁਸੀਂ ਉੱਥੇ ਪਹੁੰਚ ਕੇ ਵੀ ਦੇ ਸਕਦੇ ਹੋ ਐਂਡ ਲੇਟਰ ਔਨ ਵੀ ਦੇ ਸਕਦੇ ਹੋ। ਸੋ ਇਟ ਇਜ਼, ਮੈਂ ਸਾਰੇ ਸਟੂਡੈਂਟਸ ਨੂੰ ਕਹਿਣਾ ਚਾਹਾਂਗਾ, ਇਟ ਇਜ਼ ਅਡਵਾਈਜ਼ ਟੂ ਟੇਕ ਅ ਕੁਆਰੰਟੀਨ ਪਲਾਨ ਫਰੋਮ ਦ ਕਾਲਜ ਸਾਈਡ,
ਇਫ ਯੂ ਵਾਂਟ ਟੂ ਟੇਕ ਰਿਸਕ ਦੈਨ ਯੂ ਕੈਨ ਟੇਕ ਦ ਕੁਆਰੰਟੀਨ ਪਲਾਨ ਔਨ ਯੋਰ ਓਨ। ਸੋ ਅੱਜ ਦੇ ਇਸ ਵੀਡੀਓ 'ਚ ਅਸੀਂ ਬਾਇਓਮੈਟ੍ਰਿਕਸ, ਪਾਸਪੋਰਟ ਸਬਮਿਸ਼ਨ, ਕੁਆਰੰਟੀਨ ਔਰ ਅਪੁਆਇੰਟਮੈਂਟਸ ਨੂੰ ਲੈ ਕੇ ਡਿਸਕਸ਼ਨ ਕੀਤੀ। ਹੁਣ ਲਾਸਟ ਪੁਆਇੰਟ ਇਹ ਹੈ ਕਿ ਵੀਜ਼ਾ ਟਰੈਂਡ, ਸੀ ਵੀਜ਼ਾ ਟਰੈਂਡਸ ਆਰ ਪੋਜ਼ਿਟਿਵ ਓਨਲੀ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ 50,000 ਫਾਈਲਾਂ ਤੱਕ ਪੈਂਡਿੰਗ ਹੈ, ਉਸ ਤੋਂ ਜ਼ਿਆਦਾ ਵੀ ਹੋ ਸਕਦੀ ਹੈ। ਸੋ ਜੇ 80% ਵੀ ਵੀਜ਼ਾ ਸਕਸੈਸ ਰੇਟ ਰਹਿੰਦਾ ਤਾਂ 40,000 ਵੀਜ਼ਾ ਅਪਰੂਵਲਸ ਆਉਣ ਦੀ ਕੋਸ਼ਿਸ਼ ਹੈਗੀ ਹੈ, ਚਾਂਸ ਹੈਗੇ ਆ। ਜੇ 70% ਰਹਿੰਦਾ ਤਾਂ 35,000 ਵੀਜ਼ਾ ਅਪਰੂਵਲ ਆਉਣ ਦੇ ਚਾਂਸ ਹੈਗੇ ਆ। ਸੋ ਜੇ ਇਹਨਾਂ ਨੂੰ ਰਿਫਿਊਜ਼ਲ ਆ ਰਹੀ ਹੈ, ਡੋ ਨੋਟ ਟੇਕ ਇਟ ਰੀਅਲੀ ਟੂ ਯੋਰ ਹਾਰਟ, ਇੰਨਾ ਸੀਰੀਅਸਲੀ ਨਾ ਲਓ, ਸਟ੍ਰੈਸ ਨਾ ਲੈਣਾ, ਡਿਪਰੈਸ ਨਾ ਹੋਣਾ। ਯੂ ਕੈਨ ਰੀਫਾਈਲ ਇਨ ਅਪਕਮਿੰਗ ਇਨਟੇਕਸ ਐਂਡ ਗੈਟ ਵੀਜ਼ਾ, ਬਿਕੋਜ਼ ਸੀ ਜਿਹੜੀ ਇਸ ਟਾਈਮ ਰਿਫਿਊਜ਼ਲ ਆ ਰਹੀ ਹੈ, ਜੋ ਦੇਖਣ ਨੂੰ ਮਿਲ ਰਿਹਾ ਕੁਛ ਅੱਛੀਆਂ ਪ੍ਰੋਫਾਈਲਸ ਨੂੰ ਵੀ ਰਿਫਿਊਜ਼ਲਸ ਦਾ ਸਾਹਮਣਾ ਕਰਨਾ ਪੈ ਰਿਹਾ, ਉਹਦਾ ਰੀਜ਼ਨ ਬਹੁਤ ਸਾਰੇ ਹੋ ਸਕਦੇ ਆ। ਕੋਵਿਡ ਇਜ਼ ਦਾ ਮੇਜਰ ਰੀਜ਼ਨ, ਕਿ ਕੋਵਿਡ ਦੇ ਪ੍ਰੈਸ਼ਰ ਕਰਕੇ ਹਾਈ ਕਮਿਸ਼ਨ ਰਿਫਿਊਜ਼ਲ ਦੇ ਰਹੀ ਹੈ, ਕਿਉਂਕਿ ਬੈਕਲੋਗ ਬਹੁਤ ਵੱਡਾ ਔਰ ਉਸ ਬੈਕਲੋਗ ਨੂੰ ਕੰਪਲੀਟ ਕਰਨਾ ਤਾਂ ਕੁਛ ਅੱਛੀਆਂ ਪ੍ਰੋਫਾਈਲ ਨੂੰ ਵੀ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਸਕਦਾ। ਲਾਸਟ ਪੁਆਇੰਟ ਇਹ ਹੈ ਕਿ ਇਨਟੇਕਸ, ਹੁਣ ਕਿਹੜੇ ਇਨਟੇਕ ਅਸੀਂ ਚੂਜ਼ ਕਰ ਸਕਦੇ ਹਾਂ। ਸੋ ਆਉਣ ਵਾਲੇ ਇਨਟੇਕ ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ, ਸਪਤੰਬਰ, ਕਾਫੀ ਸਾਰੇ ਇਨਟੇਕਸ ਹੈਗੇ ਆ ਕੈਨੇਡਾ 'ਚ। ਬਟ ਜਿਹੜੇ ਸਰਕਾਰੀ ਕਾਲਜ ਹੈ ਉਹਨਾਂ ਦੇ ਮੇਜਰਲੀ ਇਨਟੇਕ ਮਈ ਐਂਡ ਸਪਤੰਬਰ ਹੈ। ਮਈ ਇਨਟੇਕ ਕਾਫੀ ਸਾਰੇ ਕਾਲਜਸ ਆਲਮੋਸਟ ਕਲੋਜ਼ ਕਰ ਚੁੱਕੇ ਹੈ। ਸੂ ਕਾਲਜ ਆਲਮੋਸਟ ਲਿਮਿਟਿਡ ਇਨਟੇਕ ਹੈ, 5 ਜਨਵਰੀ ਨੂੰ ਦੁਬਾਰਾ ਖੁੱਲ੍ਹੇਗਾ, ਬਹੁਤ ਹੀ ਮਨਪਸੰਦ ਕਾਲਜ ਹੈ। ਐਂਡ ਕਾਫੀ ਸਾਰੇ ਸਟੂਡੈਂਟਸ ਇੱਦਾਂ ਦੇ ਆ ਜਿਹੜੇ ਸੂ ਕਾਲਜ ਜਾਣਾ ਪਸੰਦ ਕਰਦੇ ਹੈ। ਸੋ ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਲਿਮਿਟਿਡ ਸੀਟਸ ਵਿਲ ਰੀਓਪਨ ਔਨ 5th January। KPU ਮੇ ਇਨਟੇਕ ਇਜ਼ ਕਲੋਜ਼। ਲੈਮਟਨ ਕਾਲਜ ਟੋਰੋਂਟੋ ਮਿਸੀਸਾਗਾ ਇਜ਼ ਕਲੋਜ਼ਡ ਫੋਰ ਮਈ ਇਨਟੇਕ। ਨੋ ਮੋਰ ਡੈਫਰਸ ਆਰ ਆਲਸੋ ਐਕਸੈਪਟੇਬਲ। ਫਿਰ ਅਸੀਂ ਗੱਲ ਕਰਦੇ ਹਾਂ ਨਾਇਗਰਾ ਕਾਲਜ, ਬਹੁਤ ਲਿਮਿਟਿਡ ਸੀਟਸ ਹੈ ਮਈ ਦੀਆਂ। ਸੇਂਟ ਕਲੇਅਰ ਕਾਲਜ ਸਭ ਤੋਂ ਪਹਿਲਾਂ ਬੰਦ ਹੋਏਗਾ 10-15 ਦਿਨ 'ਚ ਮਈ ਇਨਟੇਕ ਲਈ। ਸੋ ਬਹੁਤ ਸਾਰੇ ਕਾਲਜਿਸ ਇਸ ਟਾਈਮ ਜਿਹੜੇ ਅਪਕਮਿੰਗ ਇਨਟੇਕਸ ਲਈ ਕਲੋਜ਼ਰ ਵੱਲ ਦਿਖ ਰਹੇ ਹਾਂ ਮੈਨੂੰ ਮਈ ਇਨਟੇਕ। ਸੋ ਸਟੂਡੈਂਟਸ ਇਫ ਯੂ ਵਾਂਟ ਟੂ ਅਪਲਾਈ ਰਾਈਟ ਨਾਓ, ਸੋ ਟੇਕ ਅ ਡਿਸੀਜਨ ਐਂਡ ਅਪਲਾਈ ਐਜ਼ ਸੂਨ ਐਜ਼ ਪੋਸੀਬਲ, ਬਿਕੋਜ਼ ਜਿਹੜੇ ਆਉਣ ਵਾਲੇ ਇਨਟੇਕਸ ਹੈ ਉਹਨਾਂ ਦਾ ਵੀਜ਼ਾ ਟਰੈਂਡ ਅੱਛਾ ਰਹੇਗਾ। ਲਾਸਟ ਇੱਕ ਹੋਰ ਪੁਆਇੰਟ ਡਿਸਕਸ ਕਰਦੇ ਹਾਂ ਇਸ ਵੀਡੀਓ ਦੇ ਦੌਰਾਨ, ਨੋਨ ਐਸ ਡੀ ਐਸ ਔਰ ਐਸ ਡੀ ਐਸ। ਸੀ ਜੇ ਤੁਹਾਡੀ ਚੰਗੀ ਤਰ੍ਹਾਂ ਫਾਈਲ ਪ੍ਰਪੇਅਰਡ ਹੈ ਤਾਂ ਨੋਨ ਐਸ ਡੀ ਐਸ ਕੈਟੇਗਰੀ 'ਤੇ ਵੀ ਵੀਜ਼ਾ ਲੱਗਦਾ। ਅੱਜ ਸਾਡੇ 4 ਨੋਨ ਐਸ ਡੀ ਐਸ ਕੈਟੇਗਰੀ ਦੇ ਵੀਜ਼ਾ ਲੱਗ ਕੇ ਆਏ ਹਾਂ। ਗ੍ਰੈਜੂਏਟ ਸਟੂਡੈਂਟ ਸੀ, 3 ਸਾਲ ਦਾ ਐਕਸਪੀਰੀਅੰਸ ਸੀ, ਬੈਚਲਰ ਇਨ ਕੰਪਿਊਟਰ ਐਪਲੀਕੇਸ਼ਨ ਕੀਤੀ ਸੀ, 1 ਚੋਂ 5.5 ਸੀ। ਨਾਇਗਰਾ ਕਾਲਜ ਕੰਪਿਊਟਰ ਸਿਸਟਮ ਟੈਕਨੀਸ਼ੀਅਨ ਦਾ ਕੋਰਸ ਲਿਆ ਔਰ ਵੀਜ਼ਾ ਅਪਰੂਵ ਹੋ ਗਿਆ। ਜੇ ਤੁਸੀਂ ਚੰਗੀ ਤਰ੍ਹਾਂ ਆਪਣੀ ਫਾਈਲ ਨੋਨ ਐਸ ਡੀ ਐਸ ਕੈਟੇਗਰੀ 'ਚ ਪੁੱਟਅਪ ਕਰੋਗੇ ਦੈਨ ਆਲਸੋ ਤੁਹਾਨੂੰ ਵੀਜ਼ਾ ਮਿਲਣ ਦੇ ਬਹੁਤ ਚਾਂਸਿਸ ਹੈਗੇ ਆ। ਬਟ ਜੇ ਅਸੀਂ ਐਸ ਡੀ ਐਸ ਕੈਟੇਗਰੀ 'ਚ ਵੀ ਆਪਣੀ ਫਾਈਲ ਚੰਗੀ ਤਰ੍ਹਾਂ ਪੁੱਟਅਪ ਨਹੀਂ ਕਰਾਂਗੇ ਔਰ ਅੱਛੇ ਕਾਲਜ 'ਚ ਨਹੀਂ ਆਪਣੀ ਫਾਈਲ ਪੁੱਟਅਪ ਕਰਾਂਗੇ ਤਾਂ ਰਿਫਿਊਜ਼ਲ ਦੇ ਵੀ ਚਾਂਸਿਸ ਬਣ ਸਕਦੇ ਨੇ। ਸੋ ਸਟੂਡੈਂਟਸ ਇਹ ਸਾਡੇ 'ਤੇ ਡਿਪੈਂਡ ਕਰਦਾ ਕਿ ਤੁਸੀਂ ਆਪਣੀ ਫਾਈਲ ਕਿੱਦਾਂ ਲਾਉਂਦੇ ਹੋ, ਕਿੰਨੀ ਜ਼ਿਆਦਾ ਕੰਸਲਟੇਸ਼ਨ ਲੈਂਦੇ ਹੋ, ਕਿੰਨੀ ਅਸੈਸਮੈਂਟ ਕਰਾਉਂਦੇ ਹੋ। ਇਹ ਸਾਰੀਆਂ ਚੀਜ਼ਾਂ ਬਹੁਤ ਇੰਪੋਰਟੈਂਟ ਰਹਿੰਦੀਆਂ ਰਿਫਿਊਜ਼ਲ ਲਈ। ਆਈਲੈਟਸ ਦੀ ਟ੍ਰੇਨਿੰਗ ਕਰਨਾ ਚਾਹੁੰਦੇ ਹੋ, ਲੈਂਡਮਾਰਕ ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ। ਸਾਡੀ ਜਿਹੜੀ ਪ੍ਰੋਸੈਸਿੰਗ ਆਈਲੈਟਸ ਦੀ ਫੀਸ ਹੈ ਦੈਟ ਇਜ਼ ਓਨਲੀ 5,000 ਰੁਪੀਜ਼ ਪਰ ਮੰਥ। ਜੇ ਤੁਸੀਂ ਔਨਲਾਈਨ ਪੋਰਟਲ ਪੜ੍ਹਾਈ ਕਰਨਾ ਚਾਹੁੰਦੇ ਹੋ ਤਾਂ 1 ਸਾਲ ਲਈ ਆਪਣਾ ਔਨਲਾਈਨ ਪੋਰਟਲ 'ਤੇ ਵੀ ਪੜ੍ਹਾਈ ਕਰ ਸਕਦੇ ਹੋ। ਕੋਸ਼ਿਸ਼ ਇਹੀ ਹੈ ਕਿ 10:1 ਦੀ ਰੇਸ਼ੋ ਰੱਖੀ ਜਾਏ, 10 ਬੱਚਿਆਂ ਪਿੱਛੇ 1 ਟੀਚਰ ਹੋਏਗੀ ਜਿਹੜੀ ਤੁਹਾਨੂੰ ਪੜ੍ਹਾਏਗੀ।
ਔਰ ਕੁਆਲਿਟੀ ਔਰ ਕੀ ਕਹਿੰਦੇ ਆ ਜਿਹਨੂੰ ਕਹਿੰਦੇ ਕੁਆਲਿਟੀ 'ਤੇ ਫੋਕਸ ਕੀਤਾ ਜਾਏਗਾ ਨਾ ਕਿ ਕੁਆਂਟਿਟੀ 'ਤੇ। ਸੋ ਸਟੂਡੈਂਟ ਸਾਡੇ ਮੋਹਾਲੀ ਸੈਂਟਰ 'ਚ ਆਫਲਾਈਨ ਕਲਾਸਿਸ ਲੱਗ ਰਹੀਆਂ, ਸਾਨੂੰ ਕੰਟੈਕਟ ਕਰ ਸਕਦੇ ਹੋ। ਰਿਫਿਊਜ਼ਲ ਹੈ ਨੋ ਪ੍ਰੋਬਲਮ, ਵੀ ਕੈਨ ਵਰਕ ਔਨ ਯੋਰ ਫਾਈਲ, ਕਾਈਂਡਲੀ ਕੰਟੈਕਟ ਅਸ। ਮੈਨੂੰ ਮਿਲਣਾ ਚਾਹੁੰਦੇ ਹੋ ਡੈਫੀਨੇਟਲੀ ਆਈ ਵਿਲ ਸੋਲਵ ਆਲ ਯੋਰ ਕੁਐਰੀਜ਼। 90413 90412 'ਤੇ ਕਾਲ ਕਰੋ। ਸਾਡਾ ਡੇਲੀ TV ਸ਼ੋ ਆਉਂਦਾ 1:30 PM ਜ਼ੀ ਨਿਊਜ਼ ਪੰਜਾਬ ਹਰਿਆਣਾ ਹਿਮਾਚਲ 'ਤੇ। ਕਾਈਂਡਲੀ ਸੀ ਦੈਟ ਫੋਰ ਮੋਰ ਇਨਫੋਰਮੇਸ਼ਨ। ਯੂਟਿਊਬ 'ਤੇ ਅਸੀਂ ਡੇਲੀ, ਮੈਂ ਲਾਈਵ ਹੁੰਦਾ 3:15 ਵਜੇ ਡੇਲੀ ਲੈਂਡਮਾਰਕ ਇਮੀਗ੍ਰੇਸ਼ਨ ਦੇ E9 ਯੂਥ 'ਤੇ ਚੈਨਲ 'ਤੇ, ਉੱਥੇ ਵੀ ਅਸੀਂ ਡੇਲੀ ਕੁਐਰੀ ਸੋਲਵ ਕਰਦੇ ਹਾਂ। ਡੈਫੀਨੇਟਲੀ ਵੀ ਆਰ ਟਰਾਇੰਗ ਟੂ ਕੀਪ ਦ ਐਟਮੋਸਫੇਅਰ ਪੋਜ਼ਿਟਿਵ, ਐਂਡ ਪੋਜ਼ਿਟਿਵ ਰਹਿਣ ਨਾਲ ਹੀ ਸਾਡੇ ਰਿਜ਼ਲਟਸ ਪੋਜ਼ਿਟਿਵ ਆਉਣਗੇ। ਥੈਂਕ ਯੂ।